ਸਤਿ ਸ਼੍ਰੀ ਅਕਾਲ, ਮੇਰਾ ਨਾਮ ਆਰਜੇ ਪੱਕ ਪੱਕ ਦੀਪਕ ਔਰ ਆਰਜੇ ਪੱਕ ਪੱਕ ਦੀਪਕ ਨਾਮ ਦਾ ਮੇਰਾ ਫੇਸਬੁੱਕ 'ਤੇ ਪੇਜ ਵੀ ਹੈ। ਗਰਲੈਸ ਬੂਸਟ ਅਪ ਐਸੋਸੀਏਸ਼ਨ ਬਾਰੇ ਸੁਣਿਆ? ਨਹੀਂ ਸੁਣਿਆ, ਅੱਜ ਸੁਣੂਗੇ। ਬਣਾਈਏ ਫਿਰ ਮਿਰਚੀ ਮੁਰਗਾ। ਪੁਲਕੀਤ, ਰਾਈਟ? ਯੈਸ। ਓਕੇ, ਸਭ ਤੋਂ ਪਹਿਲੇ ਬਤਾਓ, ਇਹ ਆਪਕਾ ਪਰਸਨਲ ਨੰਬਰ ਹੈ? ਹਾਂਜੀ। ਆਪਕੇ ਪਾਪਾ ਕਾ ਨਾਮ? ਮਿਸਟਰ ਰਵੀਸ਼ ਬੱਲਾ। ਮਮਾ ਕਾ? ਸੀਮਾ ਬੱਲਾ। ਪਾਪਾ ਕਿਆ ਕਰਤੇ ਹੈਂ? ਬਿਜ਼ਨਸਮੈਨ। ਓਕੇ ਪੁਲਕੀਤ, ਅਬ ਮੈਂ ਆਪਣੇ ਬਾਰੇ ਮੈਂ ਬਤਾ ਦੂੰ ਕਿ ਮੈਂ ਗਰਲਸ ਬੂਸਟ ਅਪ ਐਸੋਸੀਏਸ਼ਨ ਸੇ ਬੋਲ ਰਹਾ ਹੂੰ। ਓਕੇ। ਯੇ ਇੱਕ ਐਨਜੀਓ ਹੈ ਜੋ ਲੜਕੀਆਂ ਕੋ ਖੁਸ਼ੀਆਂ ਦੇਤਾ ਹੈ ਔਰ ਥੋੜੀ ਸੀ ਅਕਲ। ਮੈਂ ਡਿਟੇਲ ਮੈਂ ਬਤਾਤਾ ਹੂੰ। ਹਮ ਫੇਸਬੁੱਕ ਪੇ ਜਿਤਨੀ ਵੀ ਗਰਲਸ ਹੈ ਜੋ ਆਪਣੀ ਫੋਟੋਜ਼ ਡਾਲਤੀ ਹੈ, ਹਮ ਉਨ ਫੋਟੋਜ਼ ਕੋ ਲਾਈਕ ਕਰਤੇ ਹੈ ਜਿਨਸੇ ਉਨ੍ਹੇ ਖੁਸ਼ੀ ਮਿਲਤੀ ਹੈ। ਓਕੇ। ਔਰ ਮੈਨੇ ਕਹਾ ਥਾ ਥੋੜੀ ਅਕਲ ਵੀ ਦੇਤੇ ਹੈ, ਅਕਲ ਦੇਨੇ ਕੇ ਲੀਏ ਹਮ ਕਾਲ ਕਰਤੇ ਹੈ। ਜੈਸੇ ਅਬ ਮੈਨੇ ਆਪਕੋ ਕਾਲ ਕੀ, ਆਪ ਮੁਝੇ ਜਾਣਤੇ ਨਹੀਂ ਹੈ ਔਰ ਆਪਣੀ ਸਾਰੀ ਡਿਟੇਲ ਮੁਝੇ ਬਤਾ ਦੀ। ਆਜ ਕੇ ਬਾਅਦ ਕੋਈ ਵੀ ਐਸੇ ਪੁੱਛੇ ਨਹੀਂ ਬਤਾਨਾ। ਓਕੇ। ਓਕੇ। ਔਰ ਦੂਸਰੀ ਬਾਤ ਜਿਸ ਕੇ ਲੀਏ ਮੈਨੇ ਕਾਲ ਕੀ ਹੈ, ਬਲਕਿ ਪਾਪਾ ਕੋ ਹੋਤਾ ਹੈ ਕਿ ਲੜਕੀ ਕੀ ਅੱਛੇ ਘਰ ਮੇ ਸ਼ਾਦੀ ਹੋ, ਯੇ ਆਪ ਬਾਤ ਮਾਨਤੇ ਹੋ? ਆਪ ਇਸ ਬਾਤ ਸੇ ਵੀ ਸਹਿਮਤ ਹੋਗੇ ਕਿ ਪਾਪਾ ਕੋ ਔਰ ਵੀ ਬਹੁਤ ਸਾਰੇ ਕਾਮ ਹੋਤੇ ਹੈ। ਸੋ ਹਮ ਯੇ ਨਹੀਂ ਕਹਤੇ ਕਿ ਲੜਕੀ ਲਵ ਮੈਰਿਜ ਕਰੇ। ਹਮ ਯੇ ਕਹਤੇ ਹੈ ਕਿ ਦੇਖੋ, ਪਾਪਾ ਚਾਹਤੇ ਹੈ ਕਿ ਇੱਕ ਅਮੀਰ ਘਰ ਮੇ ਮੇਰੀ ਬੇਟੀ ਜਾਏ, ਉਸਕੀ ਹਰ ਖਵਾਇਸ਼ ਪੂਰੀ ਹੋ। ਤੋ ਹਮ ਆਪਕੀ 2 ਮਹੀਨੇ ਕੀ ਕਲਾਸ ਲੇਂਗੇ, ਜਿਸ ਮੇ ਹਮ ਆਪਕੋ ਸਿਖਾਏਂਗੇ ਕਿ ਅਮੀਰ ਲੜਕੋ ਸੇ ਸੈਟਿੰਗ ਕੈਸੇ ਕਰਤੇ ਹੈ। ਹੈਲੋ। ਬਦਤਮੀਜ਼ ਕੰਪਨੀ ਹੈ ਕਿ ਵੋ ਇੱਕ ਲੜਕੀ ਕੋ ਬਤਾਏ ਕਿ ਇੱਕ ਲੜਕਾ ਕੈਸੇ ਸੈਟ ਕਰੇ? ਅਮੀਰ ਲੜਕਾ, ਕੋਈ ਅੱਛੇ, ਕੋਈ ਰੈਪੂਟੇਟਿਡ ਫੈਮਿਲੀ ਕੀ ਲੜਕੀ ਯੇ ਸਭ ਸਿੱਖੇਗੀ 2 ਮਹੀਨੇ ਕਲਾਸਿਸ ਆਪਣੀ ਕਰਕੇ? ਹਾਂ, ਅਬ ਸਮਝਿਓ ਆਪ ਮੇਰੀ ਬਾਤ ਸਾਰੀ। ਸਭ ਕੋ ਪਤਾ ਹੋਤੇ ਹੈ ਕਿਆ ਚੀਜ਼ ਕਰਨੀ ਚਾਹੀਏ ਔਰ ਕਿਆ ਨਹੀਂ ਹੈ, ਐਸੇ ਕੋਈ ਕਲਾਸ ਨਹੀਂ ਲਗਾਨੀ। ਆਪਕੀ ਕਹਿਣੀ ਕਾ ਮਤਲਬ ਲੜਕੀਓ ਕੋ ਪਤਾ ਹੈ ਅਮੀਰ ਲੜਕੋ ਸੇ ਕੈਸੇ ਬਾਤ ਕਰਨੀ ਹੈ? ਆਪਕਾ ਦਿਮਾਗ ਖਰਾਬ ਹੈ? ਆਪ ਬਸ ਯੇ ਬਤਾ ਦੀਜੀਏ, ਆਪਕੋ ਪਤਾ ਹੈ? ਮੁਝੇ ਪਤਾ ਹੈ ਕਿ ਨਹੀਂ, ਆਪਕੋ ਕਿਆ ਹੈ? ਅਰੇ ਆਪਕੋ ਪਤਾ ਹੋਗਾ ਤੋ ਹਮ ਆਪਕੀ ਸਪੈਸ਼ਲ ਲੈਕਚਰ ਲਗਵਾਏਂਗੇ ਉਸਮੇ। ਹਿੰਮਤ ਕੈਸੇ ਹੋਈ ਆਪਕੀ ਯੇ ਬੋਲਨੇ ਕੀ ਮੁਝੇ? ਹਿੰਮਤ ਅਬ ਲੜਕੀ ਬਤਾਏਗੀ ਕਿ ਕਲਾਸਿਸ ਜੁਆਇਨ ਕਰਕੇ ਕਿ ਕੌਨ ਸੇ ਲੜਕੇ ਕੈਸੇ ਸੈਟ ਕਰਨੇ ਹੈ। ਨਹੀਂ ਆਪ ਭੜਕ ਕਿਉਂ ਰਹੇ ਹੋ, ਯੇ ਬਤਾਓ ਪਹਿਲੇ। ਨਾਮ ਬਤਾ ਦੇ ਇੱਕ ਵਾਰ ਔਰ ਫਿਰ ਦੇਖੀ ਸ਼ਾਮ ਕੋ ਤੇਰਾ ਕਿਆ ਹਾਲ ਹੋਤਾ, ਕੌਨ ਤੇਰੇ ਘਰ ਪੇ ਆਤਾ ਔਰ ਕੌਨ ਸੀ ਕਲਾਸ ਤੂੰ ਲਗਾਤਾ। ਮੈਡਮ ਮੈਨੇ ਕਭੀ ਸਕੂਲ ਮੇ ਕਲਾਸ ਨਹੀਂ ਲਗਵਾਈ। ਤੁਸੀਂ ਆਪਣੀ ਬਹਿਨ ਕੋ ਲਗਵਾਓ, ਉਸ ਸੇ ਪੁੱਛੋ ਕਿਆ ਤਰੀਕੇ ਹੈ। ਅੱਛਾ ਸ਼ਾਂਤ, ਮੇਰੀ ਗੱਲ ਸੁਣੋ। ਆਪਕੋ ਬਿਲਕੁਲ ਤਮੀਜ਼ ਨਹੀਂ ਹੈ ਕਿ ਬਾਤ ਕਰਤੇ ਹੋ। ਸ਼ਾਂਤ ਦੀਦੀ, ਕਿਸ ਤੇ ਕਿਆ ਬਾਤ ਕਰਤੇ ਹੋ? ਸ਼ਾਂਤ ਅਭੀ ਨਾ ਆਪਣੇ ਘਰ ਵਾਲੇ ਨੂੰ ਸ਼ਾਂਤ ਹੋ ਜਾਓ। ਉਹ ਦੀਦੀ ਕੌਨ ਸੇ ਜਵਾਨ ਤੇਰੀ, ਤੁਝੇ ਪਤਾ ਰਹੇਗਾ ਕਿ ਕੌਨ ਸੀ ਕਲਾਸ ਕਿਸ ਨੇ ਜੁਆਇਨ ਕਰਨੀ ਹੈ। ਹੋਰ ਜੇ ਦੀਦੀ ਮਜ਼ਾਕ ਕਰ ਰਿਹਾ ਸੀਗਾ, ਮੈਂ ਰੇਡੀਓ ਮਿਰਚੀ ਤੋਂ ਪੱਕ ਪੱਕ ਦੀਪਕ ਬੋਲ ਰਿਹਾ ਵਾਂ। ਮੁਰਗਾ ਬਣਿਆ ਤੁਹਾਡਾ? ਓ ਮਾਈ ਗੋਡ, ਮਿਰਚੀ ਮੁਰਗਾ ਮੇਰਾ ਹੀ ਬਣ ਗਿਆ। ਯੈਸ, ਆਇਆ ਮਜ਼ਾ? ਜੇ ਮਜ਼ਾ ਆਇਆ ਤੇ ਫੇਸਬੁੱਕ ਤੇ ਮੇਰਾ ਆਰਜੀ ਪੱਕ ਪੱਕ ਦੀਪਕ ਨਾਮ ਦਾ ਪੇਜ ਹੈ, ਉਹਨੂੰ ਲਾਈਕ ਕਰਿਓ ਔਰ ਆਹ ਦੇਖੋ ਸਬਸਕ੍ਰਾਈਬ ਲਿਖਿਆ ਨਾ, ਇਸਕੋ ਦਾਬ ਦਿਓ। ਬਾਏ ਬਾਏ।